लो जी साढ़े प्यारे जी सब्सक्राइबर इन्ना प्यार चले गए। हाँ जी हाँ जी देखो ब्याह शादी च आए ने है ना ते ओ छड़ के इधर मिलने वास्ते आए ने। मैं छड़ के आंदा जी। हाँ जी पूरा डेढ़ा ला लेना ਜਿਵੇਂ ਇਹ ਅੱਗੇ ਰਸਤੇ ਬੰਦ ਹੈ ਉੱਧਰ। ਵਾਹਿਗੁਰੂ ਜੀ ਮਹਿਮਾਨ ਆਏ ਨੇ ਹੁਣ ਆਪਾਂ ਮਹਿਮਾਨ ਨਿਵਾਜੀ ਕਰੀਏ ਅਤੇ ਗਰਮਾ ਗਰਮ ਸਮੋਸੇ ਅਤੇ ਇੱਕ ਬਾਊਲ ਹੋਰ ਦੇ ਦਿੰਦੀ ਹਾਂ। ਇਹ ਲਓ ਇਹਦੇ ਵਿੱਚ ਇੱਕ 'ਚ ਹਰੀ ਚਟਨੀ ਪਾ ਦਿਓ ਇੱਕ 'ਚ ਲਾਲ ਪਾ ਦਿਓ ਅਤੇ ਵਾਹਿਗੁਰੂ ਜੀ ਚਾਹ ਬਣ ਗਈ ਆਪਣੀ। ਇੱਧਰ ਸਮੋਸੇ ਆ ਗਏ ਅਤੇ ਹੁਣ ਬਹੁਤ ਜ਼ਿਆਦਾ ਜਿਵੇਂ ਬਹੁਤ ਜ਼ਿਆਦਾ ਖੁਸ਼ ਨੇ ਸਾਨੂੰ ਮਿਲ ਕੇ, ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ। ਪਹਿਲਾਂ ਉਹ ਪਿੰਡ ਡੈਡੀ ਕੋਲ ਚਲੇ ਗਏ ਸੀਗੇ, ਉਹ ਵੀ ਬਹੁਤ ਵਧੀਆ ਲੱਗਿਆ। ਇਹ ਲਓ ਵਾਹਿਗੁਰੂ ਜੀ ਅਤੇ ਇਹ ਆਪਾਂ ਬੜਾ ਚਮਚਾ ਰੱਖ ਦਾਂਗੇ ਵਿੱਚ, ਇੱਕ ਚਮਚਾ ਹੋਰ ਦੇਵਾਂ ਬੜਾ ਲਓ ਜੀ। ਆਪਣੀ ਤਿਆਰੀ ਹੋ ਗਈ ਅਤੇ ਆਪਾਂ ਹੁਣ ਇੱਥੇ ਡਾਇਨਿੰਗ ਟੇਬਲ 'ਤੇ ਲਾਉਂਦੇ ਹਾਂ ਸਮੋਸੇ। ਅੱਧੀ ਖਾਏਗਾ ਸਮੋਸੇ, ਗੁੰਨੂ ਵੀ ਖਾਊਗਾ। ਵਾਹ ਵੀ ਵਾਹ, ਬੱਚੇ ਵੀ ਖਾਣਗੇ, ਬੱਚਿਆਂ ਦੀ ਫੇਵਰੇਟ। ਵਾਹਿਗੁਰੂ ਜੀ ਸਾਡੇ ਪਿਆਰੇ ਪਿਆਰੇ ਸਬਸਕ੍ਰਾਈਬਰ ਨੇ, ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਹਨਾਂ ਨੂੰ ਮਿਲ ਕੇ, ਇਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਥੈਂਕ ਯੂ ਜੀ। ਪਾਣੀ ਦੇ ਦਿੰਦੇ ਹਾਂ। ਮੰਮੀ ਵੀ ਆ ਗਈ। ਪਹਿਲਾਂ ਸਾਰਾ ਸਮਾਨ ਉੱਪਰ ਢੋਇਆ, ਹੁਣ ਅੱਧਾ ਸਮਾਨ ਨੀਚੇ ਢੋਇਆ। ਹਾਂਜੀ ਹਾਂਜੀ ਇਹ ਸੀਗਾ ਇੱਧਰ ਇਹ ਵਾਲਾ। ਹਾਂਜੀ ਬਾਅਦ ਚ ਇੱਧਰ ਵੀ ਚੱਲਦੇ ਆ ਆਪਾਂ।
छोटी दीदी मेरे को ड्राइवर को एक चाय भिजवा देना नीचे। हाँ जी बाहर ड्राइवर को चाय भिजवा दो एक। हाँ जी गाड़ी खड़ी है बाहर ठीक है वहीं पे दे देना चाय। ठीक है मैं देख गया। हाँ मैं देख गया। आप डर रहे थे मम्मा मत जाओ मम्मा हम लोगों को पता नहीं कैसे ट्रीट करेंगे तो देखे खुश होंगे। मैं कहा मुझे पूरा विश्वास है बहुत खुश होंगे तो चल बोली आप चले जाओ मैं गाड़ी में बैठ जाती हूँ। ऐसी दिल्ली में बच होता है हाँ पंजाबियों तो मिलापड़ा नहीं चला थोड़ा एटीट्यूड होता है नहीं बुलाते असली भी फ्लैट लेंगे सोसाइटी देखा
हाँ जी हाँ जी छोटा रूम है सामने इनकी जो सिस्टर इन लॉ है ना उनकी बिटिया भी इन्हीं के पास रह गई। अच्छा।
ਪੜਦੇ ਕਰਦੇ ਹੁਣ ਜਿਵੇਂ ਮੰਮੀ ਢਿੱਲੇ ਸੀਗੇ ਵੀ ਹੋਰ ਆ ਜੂਗੇ ਅੱਗੇ ਛੋਟੇ ਦੀਦੀ ਜਿਵੇਂ ਇਹਨਾਂ ਦੇ ਮੰਮੀ ਢਿੱਲੇ ਸੀ ਉਹ ਆਦੀ ਵੀ ਸਾਡੇ ਕੋਲ ਹੀ ਆ ਗਿਆ ਸੀ ਸ਼ਹਿਰ ਕਰਕੇ ਫਾਇਦਾ ਤਾਂ ਹੋਵੇ ਆਪਣੇ ਦਾ ਨਾ ਹੁਣ ਦੂਜੀ ਦੀਦੀ ਦੇ ਬੇਟੀ ਨੇ ਛੋਟੇ ਉਹ ਵੀ ਅਗਲੇ ਸਾਲ ਆ ਜਾਣਗੇ ਹੁਣੇ ਕੋਲ ਤੁਸੀਂ ਸਾਰੇ ਆਪਣਾ ਕੰਮ ਸੈੱਟ ਕਰੋ ਮੈਂ ਇੱਥੇ ਇਕੱਲੇ ਦੇਖ ਲਿਆ ਉਹਨਾਂ ਨੂੰ ਅੱਛਾ ਵੀ ਉਧਰ ਹੀ ਲੱਗੇ ਹਾਂਜੀ ਕੋਈ ਵੀ ਰਹਿ ਨਹੀਂ ਸਕਦੇ ਜਿੰਨੇ ਵੀ ਉਧਰ ਹੀ ਜਾਣਗੇ ਕਿੰਨੇ ਕਿੰਨੇ ਜਿਹੜੇ ਬੈਠ ਜਾਂਦੇ ਬਾਹਰ ਜਾ ਕੇ ਆਪਣੇ ਦੁਰਗਾ ਚ ਬੈਠ ਜਾਂਦੇ ਅੱਛੇ ਹੋ ਗਏ ਕਿ ਐਸੀ ਅੰਕਲ ਮੇਰੀ ਆਪਰੇਸ਼ਨ ਹੋਇਆ ਤਾਂ ਅੰਕਲ ਕਹਿੰਦੇ ਮੇਰਾ ਸਾਰਾ ਟੁੱਟਦਾ ਨਹੀਂ ਮੈਂ ਹਾਂ ਮੈਂ ਦੱਸਿਆ ਨਾ ਉਹ ਉਧਰ ਹੀ ਰੁਕੇ ਨਹੀਂ ਉਹ ਬਸ ਕਹਿੰਦੇ ਕਿ ਚੜਿਆ ਕਰ ਗਿਆ चलो दीदी नूं चली गई बाजार ਤੇ ਮੈਂ ਘਰ ਮੈਂ ਕਿ ਚੱਲ ਥੋੜੇ ਚੱਦਰ ਚੁਦਰ ਦੀ ਸੁਬਾ ਕ੍ਰਿਸ਼ਮਾ ਦੇਖੋਗੇ ਨਾ ਮਾਤਾ ਜੀ ਨੇ ਅੱਛੇ ਸੂਟ ਸਿਲ ਦਿੱਤੀਆਂ ਪੂਰੀ ਕੱਟੀ ਹਾਂ ਮੰਮੀ ਆਪਸੀ ਹੈ ਮੰਮੀ ਉਹਨੇ ਪਹਿਲੇ ਸੂਟ ਪਹਿਨਤੀ ਹੈ ਮੈਂ ਉਹ ਬਾਹਰ ਸੇ ਹੀ ਸਿਲਵਾਤੀ ਹੈ ਮੰਮੀ ਉਹਨਕੀ ਮਦਰ ਕਰਤੀ ਮੈਂ ਹਾਂ ਕਿ ਮਦਰ ਇਨ ਲਾ ਹੈ ਉਹ ਸੂਟ ਸਿਲ ਮੈਂ ਕਿ ਹਜੇ ਵੀ ਮੈਂ ਮਸ਼ੀਨ ਦਿਖਾ ਕੇ ਲਿਆਈ ਨਹੀਂ ਮੈਂ ਕਿਹਾ ਮਸ਼ੀਨ ਪਈ ਹੈ ਮੈਂ ਸਾਰੀ ਸਟਿਚਿੰਗ ਕਰਦੇ ਆ ਉਹ ਖੁਦ ਹੀ ਨਾਲ ਸ਼ੌਂਕ ਨਾਲ ਖੁਸ਼ੀ ਨਾਲ ਨਹੀਂ ਐ ਵੀ ਚਲਮਾ ਜਾ ਹੋ ਗਿਆ ਕਹਿੰਦੇ ਨੂੰ ਢੇੜ ਢੇੜ ਕੇ ਦੁਬਾਰਾ ਸੈੱਟ ਕਰ ਲਗੇ ਅਸੀਂ ਕਹਿੰਦੇ ਨੂੰ ਕਿ ਘਬਰਾਟ ਲੱਗ ਤੁਹਾਨੂੰ ਲੱਗਦੀ ਨਹੀਂ ਘਬਰਾਟ ਕਿਤੇ ਨਾ ਮੈਨੂੰ ਡਰ ਗਏ ਸਹੀ ਕੰਮ ਕਰੋ ਐ ਹੁੰਦਾ ਵੀ ਸਹੀ ਤਰ੍ਹਾਂ ਸਿੱਕੇ ਨਾਲ ਸਟਿਚਿੰਗ ਦਾ ਰੇਟ ਹੀ ਬਹੁਤ ਹਾਈ ਬੋਲ ਰਹੇ ਹਾਂ ਇਸ ਦਾ ਬਹੁਤ ਫੰਕਸ਼ਨ ਟਾਈਮ ਰਾਤ ਰਾਤ ਚ ਸੂਟ ਬਣਾ ਦਿਆ ਹਾਂਜੀ ਰਾਤ ਰਾਤ ਬਣਾ ਦਿਆ ਵਾਹ ਵਾਹ ਜੀ ਉਹ ਕਹਿੰਦੇ ਹੁਣ ਨਾ ਰਾਤ ਨੂੰ ਜਾਣ ਦਾ ਟਾਈਮ ਬਾਜ਼ਾਰ ਹੈ ਨਾ ਦੇਖੋ ਰਾਤ ਰਾਤ ਨੂੰ ਸਾਰਾ ਬੈਠ ਕੇ ਕਰੀ ਆ ਉਹ ਫੰਕਸ਼ਨ ਪਾਸ ਸੀ ਨਾ ਚੰਡੀਗੜ੍ਹ ਦੇਖੋ ਸਵੇਰ ਦਾ ਕੱਲ੍ਹ ਦਿਨ ਦਾ ਵਿਆਹ ਹੈ ਤੇ ਕੱਲ੍ਹ ਅਸੀਂ ਸ਼ਾਮੀ ਫਿਰ ਨਿਕਲ ਲੱਗਦੇ ਹਾਂ ਉਦੋਂ ਮਨ ਤਾਂ ਹੈ ਨੀ ਚਲੋ ਚਲੋ